ਚੰਡੀਗੜ੍ਹ ਦੋਨੋਂ ਹਰਿਆਣਾ ਦਾ ਪੰਜਾਬ ਦਾ ਨਹੀਂ ਚੰਡੀਗੜ੍ਹ ਉਹਨਾਂ ਦਾ ਕੈਪੀਟਲ ਹੈ ਨਾ ਦੋਨੋਂ ਹੀ ਮੋਹਾਲੀ ਹੁੰਦੇ ਹਨ ਅਸੀਂ ਚੰਡੀਗੜ੍ਹ ਵਿੱਚ ਰਹਿੰਦੇ ਹਾਂ ਪਰ ਜਿਹੜੀ ਸਾਡੀ ਜਾਇਦਾਦ ਹੈਗੀ ਆ ਉਹ ਜਿੱਦਾਂ ਅਜੀਤਵਾਲ ਹੈਗਾ ਮੋਗੇ ਕੋਲ ਉੱਥੇ ਸ਼ੈਲਰ ਹੈ ਬਾਕੀ 18 ਜੈਂਟ ਪਿੰਡ ਜ਼ਮੀਨ ਹੈਗੀ ਉੱਥੇ ਮੇਰੇ ਦੋ ਚਾਚੇ ਰਹਿੰਦੇ ਆ ਹਜੇ ਉਹ ਜਿਹੜਾ ਪੁਰਾਣਾ ਘਰ ਆ ਹਜੇ ਉਹਨਾਂ ਨੇ ਰੱਖਿਆ ਹੋਇਆ ਅਤੇ ਬਾਕੀ ਇੰਨਾ ਨਹੀਂ ਖਿਲਾਰਾ ਜਿੱਥੋਂ ਨਹੀਂ ਹੁੰਦਾ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਬੱਲੀ ਕਰਕੇ ਪਰ ਇਹਨਾਂ ਦੇ ਤਿੰਨ ਬੇਟੀਆਂ ਨੇ ਇੱਕ ਬੇਟਾ ਹੈਗਾ ਉਹ ਸਾਰੇ ਉੱਧਰ ਆ ਵੱਡੀ ਬੇਟੀ ਡਾਕਟਰ ਹੈ ਜਿਹੜੀ ਦੂਸਰੀ ਆ ਉਹ ਇੰਡੀਪੈਂਡੈਂਟ ਵਿੱਚ ਕੰਮ ਕਰਦੀ ਹੈ ਤੀਜੀ ਆ ਜਿਹੜੀ ਉਹਦੀ ਵੀ ਕੰਪਨੀ ਹੋਈ ਹੈ ਬੇਟਾ ਵੀ ਇਨਕਮ ਟੈਕਸ ਬਾਕੀ ਮੇਰਾ ਬ੍ਰਦਰ 6 ਮਹੀਨੇ ਆ ਜਾਂਦਾ ਹੈ ਨਹੀਂ ਤਾਂ ਕੁੰਡੀ ਕਿਹੜੇ ਮੈਂ ਤਾਂ ਕਈ ਵਾਰੀ 7 ਸਾਲ ਹੀ ਰਹਿ ਜਾਂਦੀ ਮੈਨੂੰ ਕੋਈ ਬੰਦਿਸ਼ ਪਰ ਮੈਂ ਇੰਨੇ ਸਾਲਾਂ ਦੀ ਕੋਸ਼ਿਸ਼ ਹੀ ਹੈ ਨਾ ਮੈਂ ਮੈਨੂੰ ਡਰਾ ਦਿੰਦੀ ਸੀ ਮੈਂ ਕੀ ਕਿਹਾ ਬਸ 70-80 ਈਅਰਸ ਹੋ ਗਏ ਮਰਾਂ ਜੀਵਾਂ ਮੈਂ ਤਾਂ ਜਾਣਾ ਹੀ ਜਾਣਾ ਜੇ ਕਿਸੇ ਨੂੰ ਜਾਣਾ ਤਾਂ ਆ ਜਾਂਦੇ ਨਹੀਂ ਬੱਚੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਉਹ ਜ਼ਬਾਨ ਦੇ ਵਿੱਚ ਵੀ ਪਾਠ ਪਾ ਦਿੱਤਾ ਉਸ ਤੋਂ ਬਾਅਦ ਇੱਥੋਂ ਦਾ ਜਿਹੜਾ ਪੰਜਾਬ ਹੈ ਉਹ ਤਾਂ ਜ਼ਬਾਨ ਦੇ ਨਾਲ ਬਿਲਕੁਲ ਟੁੱਟ ਗਿਆ ਉਹਨੇ ਆਪਣੀ ਪੰਜਾਬੀ ਜ਼ਬਾਨ 'ਤੇ ਕੋਈ ਪਕੜ ਨਹੀਂ ਲਿਆ ਅੱਜ ਵੀ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਕਿ ਤੁਹਾਡੀ ਬੇਸਿਕ ਜ਼ਬਾਨ ਪੰਜਾਬੀ ਤੁਸੀਂ ਪਹਿਲੇ ਪੰਜਾਬੀ ਉਹ ਬੜਾ ਕਨਫਿਊਜ਼ ਹੁੰਦਾ ਬੜੇ ਗੱਠ ਲੋਕ ਹੈ ਜਿਹਨਾਂ ਨੂੰ ਸਵਾਲ ਸਮਝ ਆਉਂਦਾ ਜਿਵੇਂ ਸੁਣਾ ਦਿਓ ਉਹਨਾਂ ਨੂੰ ਸਮਝ ਆਉਂਦਾ ਉਹ ਉਂਗਲਾਂ 'ਤੇ ਗਿਣੇ ਜਾ ਸਕਦੇ ਦਰਜਨਾਂ ਦੇ ਵਿੱਚ ਸੈਂਕੜਿਆਂ ਵਿੱਚ ਮੈਕਸੀਮਮ ਕੋਈ 5-7 ਹਜ਼ਾਰ ਲੋਕ ਹੋਏਗਾ ਜਿਹੜਾ ਆਪਣੀ ਪੰਜਾਬੀ ਸ਼ਨਾਖਤ ਫੋਨ ਕਰਦਾ ਹੈ ਕਿ ਮੈਂ ਫਸਟ ਪੰਜਾਬੀ ਉਸ ਤੋਂ ਬਾਅਦ ਮੈਂ ਕੁਛ ਹੋਊਗਾ ਇੰਡੀਅਨ ਪੰਜਾਬ ਦੇ ਵਿੱਚ ਪੰਜਾਬੀ ਸ਼ਨਾਖਤ ਕਿਵੇਂ ਹੋਣ ਹੁੰਦੀ ਹੈ ਕੈਨੇਡਾ ਦੇ ਵਿੱਚ ਕਿਵੇਂ ਹੁੰਦੀ ਜੇ ਤੁਸੀਂ ਤਾਂ ਫਿਰ ਤਿੰਨਾਂ ਮੁਲਕਾਂ ਦਾ ਤੁਹਾਨੂੰ ਤਜਰਬਾ ਹੋ ਪੰਜਾਬ ਦੇ ਵਿੱਚ ਤਾਂ ਜਿਹੜੇ ਪੇਂਡੂ ਲੋਕ ਹੈ ਜ਼ਿਮੀਦਾਰ ਹੈ ਜਿਹੜੇ ਖੇਤੀਬਾੜੀ ਕਰਦੇ ਉਹ ਤਾਂ ਪੱਕੀ ਪੰਜਾਬੀ ਬੋਲਦੇ ਆ ਸਕੂਲਾਂ ਦੇ ਵਿੱਚ ਪੰਜਾਬੀ ਲਾਜ਼ਮੀ ਹੈ 10ਵੀਂ ਤੱਕ ਉਹ ਪੜ੍ਹਦੇ ਵੀ ਆ ਲਿਖਦੇ ਵੀ ਬਾਰੇ ਪਾਠ ਜਿਹੜੇ ਬੱਚੇ ਕੌਨਵੈਂਟ ਸਕੂਲ ਜਾਂਦੇ ਆ ਉਹ ਹੰਕਤੇ ਤੁਮਤੇ ਕਰਦੇ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਬੋਲਦੇ ਆ ਅਤੇ ਜਿਹੜੇ ਸਾਈਨ ਆ ਈਵਨ ਪੰਜਾਬ ਵਿੱਚ ਵੀ ਕਈ ਹਿੰਦੀ ਵਿੱਚ ਆ ਕਈ ਉੱਠਦੇ ਆ ਜਿਹੜੇ ਜੁਝਾਰੂ ਆ ਇਨਕਲਾਬੀ ਆ ਉਹ ਆਪ ਕਲੀ ਲੈ ਲੈ ਕੇ ਲਿਖਦੇ ਆ ਪਿਛਲੇ ਸਾਲ ਇੱਕ ਬੜੀ ਵੱਡੀ ਲਹਿਰ ਚੱਲੀ ਸੀ ਜਿਹੜਾ ਹਿੰਦੀ ਦੇ ਵਿੱਚ ਸਾਈਨ ਬੋਰਡ ਕੀਤੇ ਗਏ ਸੀ ਉਹ ਕੁਛ ਅਤੇ ਜਿਹੜੇ ਬਾਹਰਲੇ ਲੋਕ ਆ ਜਿਹੜੇ ਬਾਹਰਲੇ ਬੱਚੇ ਆ ਹੁਣ ਜਦੋਂ ਅਸੀਂ ਇੱਥੋਂ ਉਹਨਾਂ ਨੂੰ ਉੱਧਰ ਲੈ ਗਏ ਉਹ ਜਿਹੜੇ ਕੱਚੇ ਵਿੱਚ ਰਹਿੰਦੇ ਆ ਜਿੱਥੇ ਰਹਿੰਦੇ ਆ ਉਹ ਆਪਾਂ ਵਿੱਚ ਨਹੀਂ ਤਾਂ ਇੰਗਲਿਸ਼ ਬੋਲਦੇ ਉਹ ਬਿਲਕੁਲ ਨਹੀਂ ਪੰਜਾਬੀ ਬੋਲਦੇ ਪਰ ਸਾਡੇ ਘਰ ਵਿੱਚ ਜੇ ਬੱਚੇ ਆ 3 ਬੇਟੀਆਂ ਬੇਟੀ ਸੀ ਪੀ ਜੀ ਸੀਗੇ ਅਸੀਂ ਪੰਜਾਬੀ ਨਹੀਂ ਛੱਡੀ ਅਤੇ ਇਹ 6 ਮਹੀਨੇ ਰਹਿੰਦੇ
ਝੱਪਦੇ ਸੀ ਆਉਂਦੇ ਸੀ ਮੈਂ ਤਾਂ ਜਦੋਂ ਬੱਚੇ ਇੰਗਲਿਸ਼ ਬੋਲਦੇ ਸੀ ਮੈਂ ਤਾਂ ਨਾ ਝੱਪਦੇ ਮੈਨੂੰ ਇੱਕ ਸਮਝ ਨਹੀਂ ਉਹਨਾਂ ਨੂੰ ਕਹਿੰਦਾ ਬੂਆ ਜੀ ਮੈਨੂੰ ਜਦੋਂ ਆਉਂਦੀ ਨਹੀਂ ਸਮਝ ਪਰ ਹੁਣ ਇੰਨੀ ਪੱਕੀ ਪੰਜਾਬੀ ਬੋਲਦੇ ਆ ਜਾਣਦੇ ਆ ਸਿੱਖਦੇ ਆ ਪਰ ਉਹਨਾਂ ਦੇ ਅੱਗੋਂ ਬੱਚੇ ਨਹੀਂ ਬੋਲਦੇ ਆਪੋ ਵੀ ਨਹੀਂ ਜਿੱਥੇ ਵੀ ਉੱਥੇ ਵੀ ਪੰਜਾਬੀ ਜਿਹੜੀ ਹੈ ਮਤਲਬ ਉਹਦਾ ਥੱਲੇ ਜਾ ਰਹੀ ਹੈ ਤੇ ਰੇਸ਼ੋ ਜਿਹੜੀ ਬੋਲਣ ਵਾਲਾ ਪੰਜਾਬ ਵਿੱਚ ਹਾਂਜੀ ਹਾਂਜੀ ਕਿਉਂਕਿ ਜਿਹੜੀਆਂ ਮਾਵਾਂ ਉਹ ਸੋਚਦੀਆਂ ਵੀ ਇੰਗਲਿਸ਼ ਸਕੂਲਾਂ ਵਿੱਚ ਪੜ੍ਹਾਈਏ ਤੇ ਜਿਹੜੇ ਅੱਛੇ ਘਰ ਹੈਗੇ ਆ ਉਹ ਸ਼ਿਮਲੇ ਡੇਹਰਾਦੂਨ ਉੱਧਰ ਨੂੰ ਲੈ ਜਾਂਦੇ ਆ ਤੇ ਜਿਹੜੇ ਦੂਸਰੇ ਆ ਉਹ ਜਿਹੜੇ ਇੰਗਲਿਸ਼ ਸਕੂਲ ਆ ਉਹਨਾਂ ਨੂੰ ਪੰਜਾਬੀ ਦੀ ਪੰਜਾਬ ਦੇ ਵਿੱਚ ਹੀ ਗਵਰਨਮੈਂਟਾਂ ਦੀ ਕਮਜ਼ੋਰੀ ਆ ਉਹ ਕੰਪਲਸਰੀ ਨਹੀਂ ਕਰਦੇ ਵੀ ਤੁਸੀਂ ਹਿੰਦੀ ਪੜ੍ਹਾਓ ਉੱਧਰ ਪੜ੍ਹਾਓ ਜੋ ਮਰਜ਼ੀ ਪਰ ਪੰਜਾਬੀ ਜ਼ਰੂਰ ਹੁਣ ਥੋੜ੍ਹੇ ਪੰਜਾਬ ਲੋਕ ਹੈਗੇ ਆ ਜਿਹੜੇ ਉੱਦਮ ਕਰ ਰਹੇ ਆ ਵੀ ਪੰਜਾਬੀ ਪੰਜਾਬੀ ਪੜ੍ਹਾਓ ਲੇਕਿਨ ਜਿਹੜੀਆਂ ਮਾਵਾਂ ਮੈਂ ਜਿਹੜਾ ਹੀ ਕਹਿ ਸਕਦੀ ਉਹ ਵੀ ਜਾਂਦੀਆਂ ਕਹਿ ਦਿੰਦੀਆਂ ਆ ਜਾਓ ਬੇਟਾ ਬਾਬਾ ਜੀ ਕੋ ਮੱਥਾ ਟੇਕੋ ਡਰਾਮੇ ਐਸੇ ਬਣਾਏ ਗਏ ਕਿ ਉਹਦੇ ਵਿੱਚ ਜਿਹੜਾ ਨੌਕਰ ਦਾ ਕਿਰਦਾਰ ਹੈ ਜਾਂ ਅਨਪੜ੍ਹ ਕਿਸੇ ਬੰਦੇ ਦਾ ਕਿਰਦਾਰ ਤੇ ਉਹਨੂੰ ਜੱਟ ਜ਼ਿਮੀਦਾਰ ਉਸਦੇ ਵਿੱਚ ਨਾ ਉਹਨਾਂ ਨੇ ਬਕਾਇਦਾ ਪੰਜਾਬੀ ਬੋਲਣ ਤੇ ਪਾਬੰਦੀ ਲਾਈ ਬੱਚੇ ਪੰਜਾਬੀ ਨਾ ਬੋਲਣ ਇੱਕੋ ਹੀ ਉਹਨੂੰ ਜ਼ਮਰੇ 'ਚ ਲਿਆਉਂਦਾ ਕਿ ਗਾਲੀ ਨਹੀਂ ਦੇਣੀ ਆ ਪੰਜਾਬੀ ਨਹੀਂ ਬੋਲ ਉਹਦੇ ਖਿਲਾਫ਼ ਤੁਸੀਂ ਪ੍ਰੋਟੈਸਟ ਕੀਤਾ ਸੀ ਦੇਖੋ ਸਾਡੇ ਤੇ ਇੱਥੇ ਪੰਜਾਬੀ ਮਜ਼ਹਬੀ ਭਾਸ਼ਾ ਨਹੀਂ ਅਸੀਂ ਤੇ ਉਹ ਆਪਣੀ ਸ਼ਨਾਖਤ ਆਪਣੀ ਹਿਸਟਰੀ ਆਪਣੇ ਸੱਭਿਆਚਾਰ ਦੇ ਨਾਲ ਜਦੋਂ ਜੋੜਨਾ ਹੈ ਤੇ ਫਿਰ ਸਾਨੂੰ ਆਪਣੀ ਪੰਜਾਬੀ ਸ਼ਨਾਖਤ ਕਰਾਉਣੀ ਪੈਂਦੀ ਇੰਡੀਅਨ ਪੰਜਾਬ ਦਾ ਇਹ ਵੀ ਸੀ ਨਾ ਕਿ ਚੌਥੀ ਚੀਜ਼ ਜਿਹੜੀ ਉਹਨਾਂ ਦੇ ਨਾਲ ਮਿਲਦੀ ਉਹ ਮਜ਼ਹਬੀ ਭਾਸ਼ਾ ਵੀ ਜਿਹੜੀ ਸੀ ਪੰਜਾਬੀ ਉਹਦੇ ਬਾਵਜੂਦ ਕਿਆ ਜਿਹੜੀ ਗੁਰੂਆਂ ਦੀ ਜ਼ਬਾਨ ਹੈ ਉਹਦੇ ਤੋਂ ਪਿੱਛੇ ਹਟ ਕੇ ਤੋਂ ਮਜ਼ਹਬੀ ਐਲੀਮੈਂਟ ਵੀ ਉਹ ਪਿੱਛੇ ਹਟ ਗਿਆ ਹਾਂਜੀ ਉਹਦੇ 'ਚ ਇਹ ਹੋ ਗਿਆ ਕਿ ਗੁਰੂ ਮਹਾਰਾਜ ਦੇ ਜਾਂਦੇ ਆ ਧਾਰਮਿਕ ਕਰਕੇ ਵਿਆਹ ਸ਼ਾਦੀਆਂ ਉਹ ਕਰਦੇ ਆ ਪਰ ਨਾ ਉਹ ਬੱਚਿਆਂ ਨੂੰ ਕੋਈ ਪਤਾ ਜਿਵੇਂ ਕਿਸੇ ਪਿਕਚਰ ਵਿੱਚ ਰੋਲ ਅਦਾ ਕਰ ਲਓ ਪਗੜੀ ਬੰਨ ਲਓ ਕਰਦਾ ਨਾਮ ਦੇ ਕਰਾ ਲਓ ਉਹਨਾਂ ਨੂੰ ਕੱਖ ਨਹੀਂ ਪਤਾ ਵੀ ਇਹ ਕੀ ਹੋ ਰਿਹਾ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਐਜੂਕੇਸ਼ਨ ਹੀ ਹੋਰ ਟਰੈਕ 'ਤੇ ਕਰਤੀ ਹੁਣ ਜੇ ਮਾਲ ਗੱਡੀ ਹੋਵੇ ਚਾਹੇ ਹੋਵੇ ਜੇ ਉਹਨੂੰ ਛੋਟੀ ਲਾਈਨ 'ਤੇ ਚਲਾਉਂਗੇ ਤਾਂ ਉਹ ਉੱਥੇ ਉੱਥੇ ਚਲੂ ਮਜ਼ਹਬ ਤੋਂ ਵੀ ਜ਼ੋਰ ਨੇ ਨਾ ਉਹ ਵੀ ਜਿਵੇਂ ਆਉਂਦਾ ਸੀ ਉਹ ਬਸ ਜਦੋਂ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਮੱਥਾ ਟੇਕ ਦਿੰਦੇ ਆ ਇਹ ਸਾਡੇ ਬੱਚੇ ਥੋੜ੍ਹੇ ਜਿਹੇ ਜ਼ਿਆਦਾ ਕਿਉਂਕਿ ਪਾਠ ਬਹੁਤ ਕਰਦੇ ਆ ਉਹ ਸਾਡੇ ਥੋੜ੍ਹਾ ਜਿਹਾ ਅਸੀਂ ਕਿਉਂਕਿ ਫਸਟ ਜਨਰੇਸ਼ਨ ਇੱਧਰੋਂ ਗਏ ਹਾਂ ਘਰ ਵਿੱਚ ਮਾਹੌਲ ਹੋ ਗਿਆ ਉਹਦੇ ਨਾਲ ਥੋੜ੍ਹਾ ਜਿਹਾ ਅਸੀਂ ਜ਼ਿਆਦਾ ਜੋੜਿਆ ਹੋਇਆ ਪਰ ਸੈਕੰਡ ਜਨਰੇਸ਼ਨ